ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਦੇ ਵਿੱਚ ਬਹੁਤ ਵੱਡੇ ਬਦਲਾਅ ਕੀਤੇ ਕਿ ਭਾਈ ਜੇ ਤੁਸੀਂ ਇੱਥੇ ਆਉਣਾ ਤਾਂ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਇੱਥੇ ਪੜ੍ਹਨ ਆਉਣਾ, ਇੱਥੇ PR ਦੀ ਆਸ ਲੈ ਕੇ ਨਾ ਆਇਓ ਕਿ ਅਸੀਂ ਤੁਹਾਨੂੰ ਪਰਮਾਨੈਂਟ ਇੱਥੇ ਕਰਾਂਗੇ। ਅਸੀਂ ਵਿਦਿਆਰਥੀ ਵੀਜ਼ਾ ਨੂੰ ਵਿਦਿਆਰਥੀ ਵੀਜ਼ਾ ਨਹੀਂ ਸਮਝਦੇ, ਅਸੀਂ ਵਿਦਿਆਰਥੀ ਵੀਜ਼ਾ ਨੂੰ ਇਹ ਸਮਝਦੇ ਹਾਂ ਕਿ ਜਦੋਂ ਵੀਜ਼ਾ ਲੱਗ ਗਿਆ ਤਾਂ ਅਸੀਂ ਇਹ ਸਮਝਣ ਲੱਗ ਜਾਂਦੇ ਹਾਂ ਕਿ ਚਲੋ ਜੀ ਹੁਣ ਸਾਡੀ ਲਾਈਫ ਆ ਜਿਹੜੀ ਕੈਨੇਡਾ ਦੇ ਵਿੱਚ ਸੈੱਟ ਹੋ ਗਈ ਹੈ, ਕਿ ਅਸੀਂ ਕਦੇ ਵੀ ਇਹ ਵੇਖਿਆ ਨਹੀਂ ਕਿ ਅਸੀਂ ਬੱਚੇ ਨੂੰ ਪੜ੍ਹਨ ਭੇਜ ਰਹੇ ਹਾਂ, ਅਸੀਂ ਸਿਰਫ ਅਤੇ ਸਿਰਫ ਇਹ ਇੱਕ ਦੇਖ ਲਿਆ ਕਿ ਜੀ ਸਾਡਾ ਬੱਚਾ ਕੈਨੇਡਾ ਜਾ ਰਿਹਾ। ਜਦੋਂ ਅਸੀਂ ਵਿਦਿਆਰਥੀ ਵੀਜ਼ਾ ਲੈਂਦੇ ਹਾਂ ਤਾਂ ਅਸੀਂ ਸਟੇਟਮੈਂਟ ਆਫ ਪਰਪਜ਼ ਲਿਖਦੇ ਹਾਂ, ਵਿਦਿਆਰਥੀ ਆਪਣੀ ਸਟੇਟਮੈਂਟ ਆਫ ਪਰਪਜ਼ ਲਿਖਦਾ ਕਿ ਮੈਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਮੁਲਕ ਵਾਪਸ ਚਲਾ ਜਾਵਾਂਗਾ। ਹੁਣ ਅਸੀਂ ਇੱਕ ਤਰੀਕੇ ਨਾਲ ਪਹਿਲਾਂ ਹੀ ਆਪਣਾ ਇੱਕ ਹਲਫੀਆ ਬਿਆਨ ਜਿਹਨੂੰ ਕਹਿ ਦਈਏ ਉਹ ਕੈਨੇਡਾ ਸਰਕਾਰ ਨੂੰ ਦੇ ਦਿੱਤਾ, ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਦੇ ਦਿੱਤਾ ਕਿ ਅਸੀਂ ਜੀ ਕੈਨੇਡਾ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਅਸੀਂ ਤਾਂ ਖਾਲੀ ਪੜ੍ਹਨਾ ਚਾਹੁੰਦੇ ਹਾਂ। ਬਹੁਤ ਸਾਰੇ ਪ੍ਰਾਈਵੇਟ ਕਾਲਜਸ ਨੇ ਇੰਨੇ ਜ਼ਿਆਦਾ ਬੰਦਿਆਂ ਨੂੰ ਐਡਮਿਸ਼ਨਸ ਦੇ ਦਿੱਤੀਆਂ ਕਿ ਇੱਕ ਕਾਲਜ ਦੀ ਤਾਂ ਰਿਪੋਰਟ ਵੀ ਆਈ ਸੀਗੀ ਕਿ ਉਹਨਾਂ ਕੋਲ ਸੀਟਸ ਸੀਗੀਆਂ 450 ਅਤੇ ਉੱਥੇ ਬੱਚਾ ਔਨਲਾਈਨ 4500 ਪੜ੍ਹ ਰਿਹਾ ਸੀ। ਹੁਣ ਜਦੋਂ ਸਾਰੀ ਚੀਜ਼ ਕੋਵਿਡ ਵਾਲੀ ਖੁੱਲ੍ਹ ਕੇ ਸਰਕਾਰ ਦੇ ਸਾਹਮਣੇ ਆਈ ਹੈ ਤਾਂ ਹੁਣ ਅੱਗੇ ਇਲੈਕਸ਼ਨ ਵੀ ਆ ਰਿਹਾ, ਤਾਂ ਕਿਤੇ ਨਾ ਕਿਤੇ ਕੈਨੇਡਾ ਸਰਕਾਰ ਦੇ ਉੱਤੇ ਦਬਾਅ ਬਣਿਆ ਕਿ ਜੀ ਜਿਹੜੇ ਇਹ ਸਟੂਡੈਂਟ ਵੀਜ਼ਾ ਹੈਗਾ ਇਹਨੂੰ ਘਟਾਇਆ ਜਾਵੇ। ਜਿਹੜੇ ਉੱਥੇ ਵਿਦਿਆਰਥੀ ਪੜ੍ਹ ਰਹੇ ਨੇ ਇਸ ਵਕਤ, ਕੀ ਇਹ ਰੂਲ ਉਹਨਾਂ ਉੱਤੇ ਵੀ ਲਾਗੂ ਹੋਊਗਾ ਕਿ ਉਹ ਪੜ੍ਹਨ ਤੋਂ ਬਾਅਦ ਵਾਪਸ ਆਉਣਗੇ ਸਾਰੇ? ਹੁਣ ਕਿ ਅਸੀਂ ਜੀ ਉਹ ਵਰਕ ਪਰਮਿਟ ਜਿਹੜਾ ਤੁਹਾਨੂੰ 2-3 ਵਾਰ ਐਕਸਟੈਂਡ ਕਰਨਾ ਸੀ ਕਰਤਾ, ਇਸ ਤੋਂ ਬਾਅਦ PR ਪਾਓ, ਜੇ PR ਦੇ ਪੁਆਇੰਟ ਨਹੀਂ ਪੂਰੇ ਹੁੰਦੇ ਦੇਸ਼ ਜਾਓ, ਜੇ ਨਹੀਂ ਜਾਣਾ ਤਾਂ ਫਿਰ ਜੀ ਇੱਕ ਵਾਰੀ ਤੁਹਾਨੂੰ ਫਿਰ ਸਟੱਡੀ ਲੈਣੀ ਪੈਣੀ ਹੈ ਜਾਂ ਹੋਰ ਕੋਈ ਰਾਹ ਜਿਹੜਾ ਹੈਗਾ ਉਹ ਲੱਭਣਾ ਪੈਣਾ। ਵੱਡੇ ਸ਼ਹਿਰ ਲਾ ਲਓ ਬਰੈਂਪਟਨ, ਸਰੀ, ਟੋਰਾਂਟੋ, ਵੈਨਕੂਵਰ, ਜੇ ਤੁਸੀਂ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਜਾਓਗੇ ਜਿਨ੍ਹਾਂ ਦੇ ਪੰਜਾਬੀਆਂ ਨੂੰ ਨਾਮ ਪਤਾ, ਤਾਂ ਇਹਨਾਂ ਦੇ ਵਿੱਚ ਡਿਪਲੋਮਾ ਲੈ ਕੇ PR ਪ੍ਰਾਪਤ ਕਰਨੀ ਬਹੁਤ ਔਖੀ ਹੈ। ਹਾਂ, ਪਰ ਜੇ ਤੁਹਾਡੇ ਦਿਮਾਗ ਦੇ ਵਿੱਚ ਕੀੜਾ ਹੀ ਹੈ ਜੀ ਅਸੀਂ ਤਾਂ ਜੀ ਕੈਨੇਡਾ ਪਹੁੰਚਣਾ ਕਿਸੇ ਨਾਲ ਕਿਸੇ ਤਰੀਕੇ, ਫਿਰ ਤਾਂ ਪਹੁੰਚੋ ਕਿ ਜੀ ਕਿਹੜਾ ਇੱਕ ਵਾਰੀ ਪਹੁੰਚ ਗਏ ਫਿਰ ਤਾਂ ਕੋਈ ਨਾ ਕੋਈ ਜਗਾੜ ਲਾ ਲਾਂਗੇ। ਦੇਖੋ ਲੋਕ ਦੱਸ ਵੀ ਰਹੇ ਆ, ਠੀਕ ਹੈ, ਉੱਥੋਂ ਦੀਆਂ ਵੀਡੀਓਜ਼ ਰੋਸ ਮੁਜ਼ਾਹਰਿਆਂ ਦੀਆਂ, ਧਰਨਿਆਂ ਦੀਆਂ ਵੀਡੀਓਜ਼ ਵੀ ਆ ਰਹੇ ਆ, ਮਾਪੇ ਦੇਖ ਵੀ ਰਹੇ ਆ, ਪਰ ਉਹਦੇ ਬਾਵਜੂਦ ਵੀ ਆਪਣਾ ਫੈਸਲਾ ਨਹੀਂ ਬਦਲ ਰਹੇ। ਲੋਕਵਾਲ ਟੀਵੀ ਨਾਲ ਜੁੜੇ ਤੁਸੀਂ, ਮੈਂ ਮੁਮਤਾਜ਼। ਕੱਲ੍ਹ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਇੱਕ ਬਿਆਨ ਹੁੰਦਾ ਜਿਸ ਵਿੱਚ ਉਹ ਕਹਿੰਦੇ ਨੇ ਕਿ ਇੰਟਰਨੈਸ਼ਨਲ ਜਿਹੜੇ ਵਿਦਿਆਰਥੀ ਨੇ ਉਹ ਇੱਥੇ ਆਉਣ, ਪੜ੍ਹਨ, ਪੜ੍ਹਾਈ ਪੂਰੀ ਕਰਨ ਅਤੇ ਵਾਪਸ ਜਾਣ। ਇਸ ਤੋਂ ਬਾਅਦ ਪੂਰੇ ਭਾਰਤ, ਪੂਰੇ ਪੰਜਾਬ ਵਿੱਚ ਚਰਚਾ ਛਿੜ ਚੁੱਕੀ ਆ, ਬਾਹਰ ਜੋ ਨੌਜਵਾਨ ਇਸ ਵਕਤ ਪੜ੍ਹਾਈ ਕਰ ਰਹੇ ਨੇ ਉਹਨਾਂ ਵਿੱਚ ਵੀ ਫਿਕਰ ਹੈ, ਗੱਲਬਾਤ ਕਰਦੇ ਹਾਂ ਕੀ ਇਹ ਬਿਆਨ ਹੈ, ਕੀ ਭਵਿੱਖ ਹੋਇਆ ਕੈਨੇਡਾ ਦਾ। ਦਿਲਬਾਗ ਸਿੱਬੇ ਨਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ। ਪਹਿਲਾਂ ਜਿਹੜਾ ਬਿਆਨ ਆਇਆ ਮਾਰਕ ਮਿੰਦਰ ਦਾ ਕਿ ਪੜ੍ਹਾਈ ਪੂਰੀ ਕਰੋ ਅਤੇ ਵਾਪਸ ਜਾਓ, ਇਹ ਬਿਆਨ ਪਿੱਛੇ ਕੀ ਗੱਲਬਾਤ ਹੈ ਸਾਰੀ? ਦੇਖੋ ਜੀ, ਕੈਨੇਡਾ ਵਿਦਿਆਰਥੀ ਵੀਜ਼ਾ ਜਿਹੜਾ ਰੁਝਾਨ ਸੀ ਵਿਦਿਆਰਥੀਆਂ ਦਾ ਕੈਨੇਡਾ ਵੱਲ ਜਾਣ ਦਾ, ਉਹ 2015 ਤੋਂ ਬਾਅਦ ਸੀਗਾ ਜਦੋਂ ਗ੍ਰਾਫ ਆ ਉੱਪਰ ਨੂੰ ਚਲਾ ਗਿਆ, ਅਤੇ ਲੋਕਡਾਊਨ ਦੇ ਵਿੱਚ ਵੀ ਉਹਨਾਂ ਨੇ ਔਨਲਾਈਨ ਕਲਾਸਿਸ ਦਿੱਤੀਆਂ। ਤਾਂ ਜਦੋਂ ਕੈਨੇਡਾ ਇੱਕ ਸਟੂਡੈਂਟ ਨੂੰ ਵੀਜ਼ਾ ਦਿੰਦਾ ਤਾਂ ਉਹਦੇ ਵਿੱਚ ਉਹ ਸਟੂਡੈਂਟ ਤੋਂ ਬਹੁਤ ਮੋਟੀ ਕਮਾਈ ਕਰਦਾ, ਜਿਵੇਂ ਪਹਿਲਾਂ GIC ਦੀ ਫੀਸ ਸੀਗੀ ਉਹ 10,000 ਸੀ, ਫਿਰ 20,000 ਕਰਤੀ, ਫਿਰ ਇੱਕ ਸਾਲ ਦੀ ਜਿਹੜੀ ਡਿਪਲੋਮੇ ਦੀ ਫੀਸ ਹੈ ਉਹ $18,000-20,000 ਹੈ, ਅਤੇ 2 ਸਾਲ 40, ਯਾਨੀ ਕੁੱਲ ਮਿਲਾ ਕੇ $60,000 ਇੱਕ ਸਟੂਡੈਂਟ, ਜੇ ਹੁਣ ਆਪਾਂ GIC ਦੇ ਹਿਸਾਬ ਨਾਲ ਦੇਖੀਏ ਤਾਂ ਕੁੱਲ ਮਿਲਾ ਕੇ $60,000 ਜਿਹੜਾ ਇੱਕ ਸਟੂਡੈਂਟ ਆ ਜਿਹੜਾ ਕੈਨੇਡਾ ਦੀ ਇਕੋਨਮੀ ਦੇ ਵਿੱਚ ਹਿੱਸਾ ਪਾਉਂਦਾ, ਫਿਰ ਉੱਥੇ ਜਾਂਦਾ, ਰਹਿੰਦਾ, ਖਾਂਦਾ, ਪੀਂਦਾ, ਤਾਂ ਉਹਨਾਂ ਦੀ ਇਕੋਨਮੀ ਨੂੰ ਇੱਕ ਬਹੁਤ ਵੱਡਾ ਬੂਸਟ ਮਿਲਦਾ। ਹੁਣ ਹੁੰਦਾ ਕੀ ਹੈ ਕਿ ਜਦੋਂ ਅਸੀਂ ਵਿਦਿਆਰਥੀ ਵੀਜ਼ਾ ਅਪਲਾਈ ਕਰਦੇ ਹਾਂ, ਕੈਨੇਡਾ ਜਿਹੜਾ ਹੈਗਾ ਪੰਜਾਬੀਆਂ ਦਾ ਇੱਕ ਡ੍ਰੀਮ ਮੁਲਕ ਬਣਿਆ ਹੋਇਆ ਬਹੁਤ ਸਮੇਂ ਤੋਂ, ਬਹੁਤ ਸਾਰੇ ਪੰਜਾਬੀ ਕੈਨੇਡਾ ਜਾ ਕੇ ਵਸਣਾ ਚਾਹੁੰਦੇ ਆ, ਕੈਨੇਡਾ ਦੀਆਂ ਸਰਕਾਰਾਂ ਦੇ ਵਿੱਚ ਉੱਥੇ ਮੰਤਰੀ ਵੀ ਬਣਦੇ ਨੇ, ਪੰਜਾਬੀ MP ਵੀ ਬਣਦੇ ਨੇ, ਅੱਜ ਕੱਲ੍ਹ ਤਾਂ ਇੱਕ ਜਿਹੜੀ ਜਗਮੀਤ ਸਿੰਘ ਦੀ ਪਾਰਟੀ ਦੀ ਸਪੋਰਟ ਨਾਲ ਹੀ ਟਰੂਡੋ ਦੀ ਸਰਕਾਰ ਹੈ ਜਿਹੜੀ ਚੱਲ ਰਹੀ ਹੈ। ਪਰ ਹੁੰਦਾ ਕੀ ਹੈ ਕਿ ਅਸੀਂ ਵਿਦਿਆਰਥੀ ਵੀਜ਼ਾ ਨੂੰ ਵਿਦਿਆਰਥੀ ਵੀਜ਼ਾ ਨਹੀਂ ਸਮਝਦੇ, ਅਸੀਂ ਵਿਦਿਆਰਥੀ ਵੀਜ਼ਾ ਨੂੰ ਇਹ ਸਮਝਦੇ ਹਾਂ ਕਿ ਜਦੋਂ ਵੀਜ਼ਾ ਲੱਗ ਗਿਆ ਤਾਂ ਅਸੀਂ ਇਹ ਸਮਝਣ ਲੱਗ ਜਾਂਦੇ ਹਾਂ ਕਿ ਚਲੋ ਜੀ ਹੁਣ ਸਾਡੀ ਲਾਈਫ ਆ ਜਿਹੜੀ ਕੈਨੇਡਾ ਦੇ ਵਿੱਚ ਸੈੱਟ ਹੋ ਗਈ ਹੈ। ਪਰ ਇੱਥੇ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਅਸੀਂ ਵਿਦਿਆਰਥੀ ਵੀਜ਼ਾ ਲੈਂਦੇ ਹਾਂ ਤਾਂ ਅਸੀਂ ਸਟੇਟਮੈਂਟ ਆਫ ਪਰਪਜ਼ ਲਿਖਦੇ ਹਾਂ, ਵਿਦਿਆਰਥੀ ਆਪਣੀ ਸਟੇਟਮੈਂਟ ਆਫ ਪਰਪਜ਼ ਲਿਖਦਾ ਕਿ ਮੈਂ ਇਹ ਖਾਸ ਪੜ੍ਹਾਈ
ਇਹ ਖਾਸ ਯੂਨੀਵਰਸਿਟੀ ਕਿਉਂ ਚੁਣੀ, ਮੈਂ ਕੈਨੇਡਾ ਕਿਉਂ ਪੜ੍ਹਨਾ ਚਾਹੁੰਦਾ, ਤਾਂ ਫਿਰ ਉਹ ਇਹ ਵੀ ਲਿਖਦਾ ਕਿ ਮੈਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਮੁਲਕ ਵਾਪਸ ਚਲਾ ਜਾਵਾਂਗਾ, ਕਿਉਂਕਿ ਇੱਥੋਂ ਦੀ ਪੜ੍ਹਾਈ ਕਰਨ ਤੋਂ ਬਾਅਦ ਮੇਰੇ ਲਈ ਇਨ ਫਿਊਚਰ ਬੈਟਰ ਜੋਬ ਓਪਰਚੁਨਿਟੀਜ਼ ਆਪਣੇ ਦੇਸ਼ ਦੇ ਵਿੱਚ ਹੀ ਅਵੇਲੇਬਲ ਹੈਗੀਆਂ ਨੇ, ਇਸ ਕਰਕੇ ਮੈਂ ਕੈਨੇਡਾ ਨਹੀਂ ਰੁਕਾਂਗਾ। ਹੁਣ ਅਸੀਂ ਇੱਕ ਤਰੀਕੇ ਨਾਲ ਪਹਿਲਾਂ ਹੀ ਆਪਣਾ ਇੱਕ ਹਲਫੀਆ ਬਿਆਨ ਜਿਹਨੂੰ ਕਹਿ ਦਈਏ ਉਹ ਕੈਨੇਡਾ ਸਰਕਾਰ ਨੂੰ ਦੇ ਦਿੱਤਾ, ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਦੇ ਦਿੱਤਾ ਕਿ ਅਸੀਂ ਜੀ ਕੈਨੇਡਾ ਦੇ ਵਿੱਚ ਰਹਿਣਾ ਨਹੀਂ ਚਾਹੁੰਦੇ, ਅਸੀਂ ਤਾਂ ਖਾਲੀ ਪੜ੍ਹਨਾ ਚਾਹੁੰਦੇ ਹਾਂ। ਹੁਣ ਹੁੰਦਾ ਕੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਜਿੱਦਾਂ ਮੈਨੀਟੋਬਾ ਦੇ ਵਿੱਚ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਆ, ਰੋਸ ਮੁਜ਼ਾਹਰੇ ਕੀਤੇ ਜਾ ਰਹੇ ਆ। ਮੇਰੀ ਹਮਦਰਦੀ ਹੈ ਇਹ ਉਹਨਾਂ ਸਾਰੇ ਮਾਪਿਆਂ ਦੇ ਨਾਲ, ਉਹਨਾਂ ਸਾਰੇ ਬੱਚਿਆਂ ਦੇ ਨਾਲ ਜਿਹੜਿਆਂ ਨੇ ਇਹ ਸੁਪਨਾ ਦੇਖਿਆ ਕਿ ਅਸੀਂ ਕੈਨੇਡਾ ਜਾ ਕੇ ਰਹਿਣਾ, ਉੱਥੇ ਵਸਣਾ, ਉੱਥੋਂ ਦੇ ਨਾਗਰਿਕ ਬਣਨਾ, ਪਰ ਉਹ ਉਹਨਾਂ ਦਾ ਸੁਪਨਾ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਟੁੱਟਦਾ ਨਜ਼ਰ ਆ ਰਿਹਾ ਕਿ ਸੁਪਨਾ ਸਾਡਾ ਪੂਰਾ ਨਹੀਂ ਹੋ ਰਿਹਾ, ਕਿਉਂਕਿ ਬਹੁਤ ਮੋਟਾ ਪੈਸਾ, ਚਾਹੇ ਬਹੁਤ ਥੋੜ੍ਹੀ ਜ਼ਮੀਨ ਵਾਲਿਆਂ ਨੇ ਲਾ ਲਓ, ਕਈਆਂ ਕੋਲ ਜ਼ਮੀਨ ਨਹੀਂ ਵੀ ਸੀਗੀ, ਬਹੁਤ ਸਾਰੇ ਮਾਪਿਆਂ ਨੇ ਜਿਹੜੇ ਆਪਣੇ ਪੈਸੇ ਇੱਧਰੋਂ ਉੱਧਰੋਂ ਫੜ ਕੇ ਵਿਆਜੂ ਫੜ ਕੇ ਭੇਜੇ ਆ, ਉਹਨਾਂ ਸਾਰਿਆਂ ਨਾਲ ਇੱਕ ਹਮਦਰਦੀ ਹੈ। ਪਰ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਦੇ ਆਪਣੇ ਇਮੀਗ੍ਰੇਸ਼ਨ ਦੇ ਪ੍ਰੋਗਰਾਮ ਕੀ ਨੇ। ਉਹਨਾਂ ਨੇ ਇੱਕ ਖਾਸ ਟੀਚੇ ਮਿੱਥੇ ਹੁੰਦੇ ਨੇ ਕਿ ਅਸੀਂ ਜੀ ਆਉਣ ਵਾਲੇ 3 ਸਾਲ ਦੇ ਵਿੱਚ, ਆਉਣ ਵਾਲੇ 2 ਸਾਲ ਦੇ ਵਿੱਚ 1,00,000 ਬੰਦਿਆਂ ਨੂੰ, 1,000 ਬੰਦਿਆਂ ਨੂੰ ਪੱਕਾ ਕਰਾਂਗੇ। ਫਿਰ ਉਹਨਾਂ ਦੀ ਡਿਮਾਂਡ ਆ ਜਿਹੜੀ ਉਹ ਚੇਂਜ ਹੁੰਦੀ ਰਹਿੰਦੀ ਹੈ। 1 ਸਾਲ ਕੀ ਹੋਊਗਾ ਕਿ ਉਹਨਾਂ ਦੀ ਡਿਮਾਂਡ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਸ਼ਾਮਿਲ ਹੋਣਗੇ ਜਿਹੜੇ ਟੈਕ ਨਾਲ ਸੰਬੰਧਿਤ ਹੋਣਗੇ, ਟੈਕਨੋਲੋਜੀ ਨਾਲ ਸੰਬੰਧਿਤ ਹੋਣਗੇ, ਕਿਤੇ ਨਾ ਕਿਤੇ ਉਹਨਾਂ ਨੂੰ ਜਾ ਕੇ ਡਿਮਾਂਡ ਉਹਨਾਂ ਦੀ ਚੇਂਜ ਹੋ ਜਾਊਗੀ, ਤਾਂ ਉਹਨਾਂ ਨੂੰ ਕੀ ਹੈ ਜੀ ਹੋਸਪਿਟੈਲਿਟੀ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਨੇ ਉਹ ਚਾਹੀਦੇ ਹੋਣਗੇ। ਕਿਤੇ ਫਿਰ ਉਹਨਾਂ ਦੀ ਡਿਮਾਂਡ ਚੇਂਜ ਹੋ ਜਾਊਗੀ ਕਿ ਸਾਨੂੰ ਜੀ ਹੁਣ ਹੈਲਥ ਪ੍ਰੋਫੈਸ਼ਨਲਸ ਚਾਹੀਦੇ ਨੇ, ਕਿ ਉਹਨਾਂ ਦੀ ਡਿਮਾਂਡ ਆ ਜਿਹੜੀ ਚੇਂਜ ਹੁੰਦੀ ਰਹਿੰਦੀ ਆ। ਮੈਂ ਇੱਥੇ ਤੁਹਾਨੂੰ ਦੱਸਾਂ ਕਿ 2009 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜਦੋਂ ਮੈਂ ਪੜ੍ਹਾਈ ਕਰ ਰਿਹਾ ਸੀ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਮੈਲਬਨ ਸ਼ਹਿਰ ਦੇ ਵਿੱਚ ਭਾਰਤੀ ਵਿਦਿਆਰਥੀਆਂ ਵਿੱਚੋਂ ਜਿਹਦੇ ਵਿੱਚੋਂ ਬਹੁਤੇ ਬੱਚੇ ਪੰਜਾਬੀ ਸੀਗੇ ਵੱਲੋਂ ਵੀ ਰੋਸ ਮੁਜ਼ਾਹਰਾ ਕੀਤਾ ਗਿਆ ਸੀ ਇਹਨਾਂ ਗੱਲਾਂ ਨੂੰ ਲੈ ਕੇ। ਉਹ ਟੈਕਸੀ ਡਰਾਈਵਰਾਂ ਵੱਲੋਂ ਕੀਤਾ ਗਿਆ ਇੱਕ ਮੁਜ਼ਾਹਰਾ ਸੀ, ਪਰ ਕਿਤੇ ਨਾ ਕਿਤੇ ਉੱਥੇ ਨਾਰੇ ਵੀ ਇਹ ਵੱਜ ਰਹੇ ਸੀ ਕਿ ਜੀ PR ਪ੍ਰਾਪਤ ਕਰਨ ਲਈ ਜਿਹੜੇ ਲੋੜੀਂਦੇ ਬੈਂਡ ਸਕੋਰ ਆ ਉਹ ਘੱਟ ਕਰੋ ਕਿ ਸਾਨੂੰ ਉਹ ਬੈਂਡ ਘਟਾਓ। ਤਾਂ ਉਸ ਤਰ੍ਹਾਂ ਦੇ ਸਿਮਿਲਰ ਮੁਜ਼ਾਹਰੇ ਨੇ ਜਿਹੜੇ ਉਹ ਹੁਣ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਆ, ਜਦਕਿ ਅਸੀਂ ਬਿਆਨ ਪਹਿਲਾਂ ਹੀ ਦਿੱਤਾ ਹੋਇਆ ਕਿ ਅਸੀਂ ਵਾਪਸ ਆਉਣਾ। ਠੀਕ ਹੈ, ਚਲੋ ਇਹ ਗੱਲ ਮੈਂ ਪਹਿਲਾਂ ਹੀ ਇਸ ਕਰਕੇ ਕਹਿ ਰਿਹਾ ਕਿ ਮੈਨੂੰ ਮੇਰੀ ਹਮਦਰਦੀ ਹੈ ਉਹਨਾਂ ਸਾਰੇ ਮਾਪਿਆਂ ਦੇ ਨਾਲ, ਉਹਨਾਂ ਬੱਚਿਆਂ ਦੇ ਨਾਲ। ਉਹ ਕਹਿੰਦੇ ਨਹੀਂ ਜੀ ਇਹ ਤਾਂ ਲਿਖਣਾ ਹੀ ਪੈਂਦਾ ਹੁੰਦਾ ਵੀ ਜੇ ਅਸੀਂ ਇਹ ਲਿਖ ਕੇ ਨਾ ਦੇਈਏ ਤਾਂ ਫਿਰ ਵੀਜ਼ਾ ਹੀ ਨਹੀਂ ਮਿਲਣਾ ਜੇ ਅਸੀਂ ਇਹ ਲਿਖ ਦਈਏ। ਪਰ ਸਾਨੂੰ ਇੱਥੇ ਇਹ ਸਮਝਣਾ ਪਊਗਾ ਕਿ ਉਹਨਾਂ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਜਿੰਨੇ ਕੁ ਬੰਦਿਆਂ ਦੀ ਉਹਨਾਂ ਨੂੰ ਲੋੜ ਹੈਗੀ ਹੈ ਉਸ ਹਿਸਾਬ ਦੇ ਨਾਲ ਵੀ ਉਹ ਬੰਦੇ ਆਪਣੇ ਹੈਗੇ ਆ ਪੱਕੇ ਕਰਨਗੇ। ਹੁਣ ਹੋਇਆ ਕੀ ਕਿ 2020 ਦੇ ਵਿੱਚ ਲੋਕਡਾਊਨ ਹੋਇਆ ਕੋਵਿਡ ਵਾਲੇ ਟਾਈਮ ਦੇ ਵਿੱਚ, 21 ਦੇ ਵਿੱਚ ਅਤੇ 22 ਦੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਕਾਲਜਿਸ ਨੇ ਇੰਨੇ ਜ਼ਿਆਦਾ ਬੰਦਿਆਂ ਨੂੰ ਐਡਮਿਸ਼ਨਸ ਦੇ ਦਿੱਤੀਆਂ ਕਿ ਇੱਕ ਕਾਲਜ ਦੀ ਤਾਂ ਰਿਪੋਰਟ ਵੀ ਆਈ ਸੀਗੀ ਕਿ ਉਹਨਾਂ ਕੋਲ ਕੁੱਲ ਸੀਟਸ ਸੀਗੀਆਂ 450 ਅਤੇ ਉੱਥੇ ਬੱਚਾ ਔਨਲਾਈਨ 4500 ਪੜ੍ਹ ਰਿਹਾ ਸੀ। ਤਾਂ ਉਸ ਤੋਂ ਬਾਅਦ ਜਦੋਂ ਬੱਚਿਆਂ ਨੂੰ ਵੀਜ਼ਾ ਮਿਲਿਆ ਉੱਥੇ ਪਹੁੰਚੇ ਤਾਂ ਉਹ ਅਕੋਮੋਡੇਟ ਹੀ ਨਹੀਂ ਕਰ ਸਕੇ ਸਾਰੇ ਬੱਚਿਆਂ ਨੂੰ, ਤਾਂ ਉੱਥੇ ਉਦੋਂ ਮਤਲਬ ਪੜ੍ਹਾਈ ਲਈ ਰੋਸ ਮੁਜ਼ਾਹਰੇ ਹੋਏ ਸੀ ਕਿ ਸਾਨੂੰ ਪੜ੍ਹਨ ਲਈ ਕਲਾਸਰੂਮ ਤਾਂ ਦੇ ਦਿਓ। ਹੁਣ ਜਦੋਂ ਸਾਰੀ ਚੀਜ਼ ਕੋਵਿਡ ਵਾਲੀ ਖੁੱਲ੍ਹ ਕੇ ਸਰਕਾਰ ਦੇ ਸਾਹਮਣੇ ਆਈ ਹੈ ਤਾਂ ਹੁਣ ਅੱਗੇ ਇਲੈਕਸ਼ਨ ਵੀ ਆ ਰਿਹਾ, ਤਾਂ ਕਿਤੇ ਨਾ ਕਿਤੇ ਜਿਹੜੇ ਉੱਥੋਂ ਦੇ ਕੈਨੇਡਾ ਦੇ ਸਿਟੀਜ਼ਨਸ ਨੇ ਉਹ ਇਸ ਗੱਲ ਨੂੰ ਲੈ ਕੇ, ਕਿਉਂਕਿ ਉੱਥੇ ਰੋਸ ਮੁਜ਼ਾਹਰੇ ਹੋ ਰਹੇ ਨੇ ਜਾਂ ਕੋਈ ਜ਼ੁਰਮ ਦੀ ਦਰ ਦੇ ਵਿੱਚ ਕੋਈ ਵਾਧਾ ਹੋਇਆ ਜਾਂ ਉਹਦੇ ਵਿੱਚ ਕੋਈ, ਇਹ ਜ਼ਰੂਰੀ ਨਹੀਂ ਹੈ ਕਿ ਪੰਜਾਬੀ ਸਟੂਡੈਂਟਸ ਨੇ, ਹੋਰ ਸਟੂਡੈਂਟਸ ਵੀ ਉਹਦੇ ਵਿੱਚ ਸ਼ਾਮਿਲ ਨੇ, ਤਾਂ ਕਿਤੇ ਨਾ ਕਿਤੇ ਕੈਨੇਡਾ ਸਰਕਾਰ ਦੇ ਉੱਤੇ ਦਬਾਅ ਬਣਿਆ ਕਿ ਜੀ ਜਿਹੜੇ ਇਹ ਸਟੂਡੈਂਟ ਵੀਜ਼ਾ ਹੈਗਾ ਇਹਨੂੰ ਘਟਾਇਆ ਜਾਵੇ। ਤਾਂ ਉਹਦਾ ਸਿੱਟਾ ਇਹ ਨਿਕਲਿਆ ਕਿ ਪਿਛਲੇ ਸਾਲ ਇਸੇ ਸਾਲ ਜਨਵਰੀ ਦੇ ਵਿੱਚ ਕੈਨੇਡਾ ਸਰਕਾਰ ਨੇ ਸਟੂਡੈਂਟ ਵੀਜ਼ਾ ਦੇ ਵਿੱਚ ਬਹੁਤ ਵੱਡੇ ਬਦਲਾਅ ਕੀਤੇ। ਪਿਛਲੇ ਸਾਲ 10,40,000 2023 ਦੇ ਵਿੱਚ 10,40,000 ਬੱਚੇ ਨੂੰ ਸਟੂਡੈਂਟ ਵੀਜ਼ਾ ਦਿੱਤਾ ਗਿਆ ਸੀ, ਜਿਹਦੇ ਵਿੱਚ ਕਟੌਤੀ ਕਰਕੇ ਇਸ ਸਾਲ ਉਹਨਾਂ ਨੇ ਕਿਹਾ ਕਿ ਅਸੀਂ ਜੀ 3,64,000 ਬੱਚੇ ਨੂੰ ਜਿਹੜਾ ਵੀਜ਼ਾ ਦਿਆਂਗੇ ਡਿਪਲੋਮੇ ਵਾਲਿਆਂ ਨੂੰ।
ਤਾਂ ਇਹ ਕਟੌਤੀ ਕੈਨੇਡਾ ਸਰਕਾਰ ਨੇ ਕਿਹਾ ਕਿ ਅਸੀਂ 35% ਕੱਟ ਲਾਇਆ, ਪਰ ਜਿਹਨੂੰ ਆਪਾਂ ਘੁਮਾ ਕੇ ਦੇਖੀਏ ਤਾਂ ਜਿਹੜਾ ਕੱਟ ਹੈਗਾ ਉਹ 60-65% ਦੇ ਲਗਭਗ ਉਹਨਾਂ ਨੇ ਲਾਇਆ। ਫਿਰ ਉਹਨਾਂ ਨੇ ਡਿਪਲੋਮਾ ਵਾਲਿਆਂ ਦੇ ਨਾਲ ਜਿਹੜੇ ਸਪਾਊਸ ਆਉਂਦੇ ਸੀ ਉਹ ਬੰਦ ਕੀਤੇ। ਕਹਿਣ ਦਾ ਮਤਲਬ ਸੀ ਇਹ ਰਵਾਇਤ ਸੀਗੀ ਜਿਹੜੀ ਉਹ ਜਨਵਰੀ ਤੋਂ ਸ਼ੁਰੂ ਹੋ ਗਈ ਸੀ ਕਿ ਜੀ ਬੱਚੇ ਅਸੀਂ ਘੱਟ ਸੱਦਣੇ ਆ। ਤਾਂ ਹੁਣ ਇੱਕ ਤਰੀਕੇ ਨਾਲ ਡਿਸਕਰੇਜ ਕਰਨ ਦੇ ਲਈ ਲੋਕਾਂ ਨੂੰ ਕਿ ਹੋਰ ਲੋਕ ਇਹ ਅਪਲਾਈ ਨਾ ਕਰਨ, ਤਾਂ ਉਹਨਾਂ ਨੇ ਇਹ ਬਿਆਨ, ਇਹ ਮੰਨਿਆ ਜਾ ਸਕਦਾ ਕਿ ਉਸੇ ਕਵੈਦ ਦਾ ਇੱਕ ਹਿੱਸਾ ਹੈਗਾ ਕਿ ਭਾਈ ਜੇ ਤੁਸੀਂ ਇੱਥੇ ਆਉਣਾ ਤਾਂ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਇੱਥੇ ਪੜ੍ਹਨ ਆਉਣਾ, ਇੱਥੇ PR ਦੀ ਆਸ ਲੈ ਕੇ ਨਾ ਆਇਓ ਕਿ ਅਸੀਂ ਤੁਹਾਨੂੰ ਪਰਮਾਨੈਂਟ ਇੱਥੇ ਕਰਾਂਗੇ। ਸੋ ਇਹ ਜਾਣਕਾਰੀ ਪਹਿਲਾਂ ਵੀ ਜਦੋਂ ਮਾਪੇ ਬੱਚਿਆਂ ਨੂੰ ਭੇਜ ਰਹੇ ਸੀ ਉਦੋਂ ਵੀ ਉਹਨਾਂ ਲਈ ਇਹ ਜਾਣਕਾਰੀ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਸੀ, ਜਿਹੜੀ ਕਿ ਕਿਸੇ ਵੀ, ਮੈਨੂੰ ਨਹੀਂ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਰਹਿੰਦਾ, ਪਹਿਲਾਂ ਵੀ ਆਪਣੀ ਇਸ ਵਿਸ਼ੇ ਨੂੰ ਲੈ ਕੇ ਕਾਫ਼ੀ ਆਪਣੀ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਅਸੀਂ ਕਦੇ ਵੀ ਇਹ ਵੇਖਿਆ ਨਹੀਂ ਕਿ ਅਸੀਂ ਬੱਚੇ ਨੂੰ ਪੜ੍ਹਨ ਭੇਜ ਰਹੇ ਹਾਂ, ਅਸੀਂ ਸਿਰਫ ਅਤੇ ਸਿਰਫ ਇਹ ਇੱਕ ਦੇਖ ਲਿਆ ਕਿ ਜੀ ਸਾਡਾ ਬੱਚਾ ਕੈਨੇਡਾ ਜਾ ਰਿਹਾ। ਤਾਂ ਹੁਣ ਉਹਨਾਂ ਨੇ ਇਹ ਬਿਆਨ ਦੇਣਾ ਹੀ ਦੇਣਾ ਸੀ, ਇਹ ਦੇਰ ਸਵੇਰ ਆਉਣਾ ਹੀ ਸੀਗਾ ਬਿਆਨ, ਇਹ ਪਰਸੋਂ ਆ ਗਿਆ, ਕੱਲ੍ਹ ਆ ਗਿਆ, ਜੇ ਹੁਣ ਨਾ ਆਉਂਦਾ ਹੋਰ ਹਫ਼ਤਾ ਠਹਿਰ ਕੇ ਆ ਜਾਂਦਾ, ਕਿਉਂਕਿ ਜਿੰਨੇ ਬੰਦੇ ਉਹਨਾਂ ਨੇ ਪੱਕੇ ਕਰਨੇ ਆ ਉਹਨਾਂ ਨੇ ਇੱਕ ਆਪਣਾ ਟਾਰਗੇਟ ਮਿਥਿਆ ਹੋਇਆ ਕਿ ਸਾਡਾ ਅਸੀਂ ਆਹ ਟਾਰਗੇਟ ਅਚੀਵ ਕਰਨਾ, ਇਸ ਕਰਕੇ ਉਹਦੇ ਵਿੱਚ ਬਦਲਾਅ ਨਹੀਂ ਕਰ ਸਕਦੇ। ਹੁਣ ਉਹਨਾਂ ਨੂੰ ਇਹ ਵੀ ਪਤਾ ਕਿ ਇਹ ਵੀ ਹੋ ਸਕਦਾ ਜਿਹੜੇ ਕੈਨੇਡਾ ਦੇ ਵਿੱਚ ਬੱਚੇ ਬੈਠੇ ਨੇ ਕਿ ਉਹ ਛੇਤੀ PR ਹੋ ਜਾਣ, ਪਰਿਸਥਿਤੀਆਂ ਦਾ ਪਤਾ ਕੁਛ ਨਹੀਂ, ਕਿਉਂਕਿ ਨਵੇਂ ਬੱਚੇ ਜਦੋਂ ਜਾਣੋ ਘੱਟ ਜਾਣਗੇ ਤਾਂ ਉਹਨਾਂ ਦੇ ਟਾਰਗੇਟ ਆ ਉਹ ਇਨਸਾਈਡ ਕੈਨੇਡਾ ਤੋਂ ਹੀ ਪੂਰੇ ਹੋ ਜਾਣਗੇ। ਸੋ ਇਸ ਕਰਕੇ ਹੁਣ ਵੀ ਜਿਹੜੇ ਬੱਚੇ ਜਾਣਾ ਚਾਹੁੰਦੇ ਨੇ ਉਹ ਉਹਨਾਂ ਦੇ ਆਉਣ ਵਾਲੇ, ਕਿਉਂਕਿ ਉਹ 2-3 ਸਾਲ ਦੇ ਭਵਿੱਖ ਦੇ ਵਿੱਚ ਜਿਹੜੇ ਪ੍ਰੋਗਰਾਮ ਨੇ ਆਪਣੇ ਉਹ ਪਾ ਦਿੰਦੇ ਨੇ, ਡਿਮਾਂਡ ਉਹਨਾਂ ਦੀ ਚੇਂਜ ਹੁੰਦੀ ਰਹਿੰਦੀ ਆ। ਹੁਣ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਪਤਾ ਕਰਕੇ ਜਾਣਾ ਚਾਹੀਦਾ ਕਿ ਜੀ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕਾਮਿਆਂ ਦੀ ਜ਼ਰੂਰਤ ਹੋਊਗੀ, ਕਿ ਉਸ ਤਰ੍ਹਾਂ ਦੇ ਕੋਰਸ ਲੈ ਕੇ ਜਾਣ। ਇਸ ਕਰਕੇ ਇਹ ਜਿਹੜਾ ਬਿਆਨ ਆ ਜੀ, ਇਸ ਨੇ ਉਸ ਚੀਜ਼ 'ਤੇ ਮੋਹਰ ਲਾ ਦਿੱਤੀ ਹੈ ਕਿ ਕੈਨੇਡਾ ਸਟੂਡੈਂਟ ਵੀਜ਼ੇ ਨੂੰ ਲੈ ਕੇ ਹੁਣ ਕਾਫ਼ੀ ਜਿਹੜਾ ਉਹ ਸਖਤ ਹੋ ਗਿਆ। ਜਿਹੜੇ ਉੱਥੇ ਵਿਦਿਆਰਥੀ ਪੜ੍ਹ ਰਹੇ ਨੇ ਇਸ ਵਕਤ, ਕੀ ਇਹ ਰੂਲ ਉਹਨਾਂ ਉੱਤੇ ਵੀ ਲਾਗੂ ਹੋਊਗਾ ਕਿ ਉਹ ਪੜ੍ਹਨ ਤੋਂ ਬਾਅਦ ਵਾਪਸ ਆਉਣਗੇ ਸਾਰੇ? ਹੁਣ ਬਹੁਤ ਸਾਰੇ ਬੱਚੇ ਤਾਂ ਮੇਰੇ ਸੰਪਰਕ ਵਿੱਚ ਆਏ ਨੇ ਜਿਹੜੇ ਬੱਚਿਆਂ ਨੇ +2 ਕੀਤੀ ਹੈ ਜਾਂ ਜਿਹੜੇ ਬੱਚੇ ਇੱਥੋਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰਕੇ ਗਏ ਆ। ਮੈਂ ਵਾਰ ਵਾਰ ਕਹਿੰਦਾ ਰਿਹਾ, ਵਾਰ ਵਾਰ ਸੋਸ਼ਲ ਮੀਡੀਆਜ਼ ਦੇ ਉੱਤੇ ਆਪਣੀਆਂ ਪੋਸਟਾਂ ਵੀ ਲਿਖਦਾ ਰਹਿੰਦਾ ਕਿ ਜੀ ਜੇ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਕੋਈ ਡਿਪਲੋਮਾ ਲੈ ਕੇ ਜਾਓਗੇ ਨਾ ਤਾਂ ਤੁਹਾਨੂੰ ਵੱਡੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰ ਲਾ ਲਓ ਬਰੈਂਪਟਨ, ਸਰੇ, ਠੀਕ ਹੈ, ਟੋਰਾਂਟੋ, ਵੈਨਕੂਵਰ, ਜੇ ਤੁਸੀਂ ਇਹਨਾਂ ਵੱਡੇ ਸ਼ਹਿਰਾਂ ਦੇ ਵਿੱਚ ਜਾਓਗੇ ਜਿਨ੍ਹਾਂ ਦੇ ਪੰਜਾਬੀਆਂ ਨੂੰ ਨਾਮ ਪਤਾ, ਤਾਂ ਇਹਨਾਂ ਦੇ ਵਿੱਚ ਡਿਪਲੋਮਾ ਲੈ ਕੇ PR ਪ੍ਰਾਪਤ ਕਰਨੀ ਬਹੁਤ ਔਖੀ ਹੈ। ਠੀਕ ਹੈ, ਮੈਂ ਇੱਕ ਬੱਚੇ ਦੀ ਐਗਜ਼ਾਮਪਲ ਵੀ ਦਿੰਦਾ ਕਿ ਇੱਕ ਬੱਚੀ ਦਾ ਮੈਨੂੰ ਇਸ ਪਿਛਲੇ ਹਫ਼ਤੇ ਫੋਨ ਆਇਆ ਕਿ ਜੀ ਉਹ ਸਰੀ ਹੈ, MBA ਉਹ ਪੰਜਾਬ ਤੋਂ ਕਰਕੇ ਗਈ ਹੈ, MBA ਕਰਨ ਤੋਂ ਬਾਅਦ ਉਹਨੇ 2 ਸਾਲ ਦਾ ਉੱਥੇ ਡਿਪਲੋਮਾ ਲਿਆ, ਆਪਣਾ ਪੋਸਟ ਗ੍ਰੈਜੂਏਟ ਡਿਪਲੋਮਾ ਲਿਆ, ਉਸ ਤੋਂ ਬਾਅਦ ਉਹਦਾ ਜਿਹੜਾ ਵਰਕ ਪਰਮਿਟ ਹੈਗਾ ਉਹ ਲਗਭਗ ਖਤਮ ਹੋਣ ਵਾਲਾ, ਅਤੇ 8 band ਸਕੋਰ ਆ ਜਨਰਲ 'ਚੋਂ, ਆਲਸ ਵਿੱਚ ਉਸ ਬੱਚੇ ਦਾ, ਪਰ ਉਹ ਬੱਚੇ ਦੀ PR ਨਹੀਂ ਪੈ ਰਹੀਗੀ। ਹੁਣ ਜਿਹੜਾ ਇੰਨਾ ਇੱਥੋਂ ਪੜ੍ਹ ਕੇ ਗਿਆ ਪੋਸਟ ਗ੍ਰੈਜੂਏਟ ਬੱਚਾ, ਉੱਥੇ ਜਾ ਕੇ ਪੜ੍ਹਾਈ ਕੀਤੀ, ਤਜਰਬਾ ਵੀ ਆ, ਇੰਨਾ ਹਾਈ ਬੈਂਡ ਸਕੋਰ ਵੀ ਆ, ਜੇ ਉਹ ਬੱਚਾ PR ਪ੍ਰਾਪਤ ਨਹੀਂ ਕਰ ਰਿਹਾ ਤਾਂ ਜਿਹੜੇ +2 ਵਾਲੇ ਬੱਚੇ ਨੇ ਜਿਹੜੇ ਉਹ ਡਿਪਲੋਮਾ ਲੈ ਕੇ ਜਾ ਰਹੇ ਨੇ ਉਹਨਾਂ ਲਈ ਇਹ ਬਹੁਤ, ਮਤਲਬ ਜਿਹੜਾ ਹੈਗਾ ਔਖਾ ਸਮਾਂ। ਤਾਂ ਉੱਥੋਂ ਬਹੁਤ ਸਾਰੇ ਬੱਚਿਆਂ ਦੇ ਪਿਛਲੇ 6 ਮਹੀਨੇ ਦੇ ਵਿੱਚ ਕਾਫ਼ੀ ਬੱਚਿਆਂ ਦੇ ਫੋਨ ਆਏ ਆ, ਕਿਉਂਕਿ ਕੈਨੇਡਾ ਸਰਕਾਰ ਨੇ ਪਹਿਲਾਂ ਕੀ ਸੀਗਾ, ਜਿਹੜਾ ਵਰਕ ਪਰਮਿਟ ਦਿੱਤਾ ਸੀਗਾ, ਪੋਸਟ ਸਟੱਡੀ ਵਰਕ ਪਰਮਿਟ ਦਿੱਤਾ ਸੀ, ਉਹਨੂੰ 2-3 ਵਾਰ ਐਕਸਟੈਂਡ ਕਰਤਾ ਸੀ, ਕਿਉਂਕਿ ਉੱਥੇ ਵਿਦਿਆਰਥੀਆਂ ਨੇ ਇੱਕ ਆਪਣਾ ਪੱਖ ਪੇਸ਼ ਕੀਤਾ ਸੀਗਾ ਜੀ ਕੋਵਿਡ ਦਰਮਿਆਨ ਅਸੀਂ ਉਸ ਵਰਕ ਪਰਮਿਟ ਦਾ ਫਾਇਦਾ ਨਹੀਂ ਲੈ ਸਕੇ ਕਿ ਤੁਸੀਂ ਸਾਨੂੰ 3 ਸਾਲ ਦਾ ਵਰਕ ਪਰਮਿਟ ਦਿੱਤਾ ਪਰ ਉਦੋਂ 2 ਸਾਲ ਦਾ ਕੈਨੇਡਾ ਬੰਦ ਹੀ ਰਿਹਾ ਜਾਂ 1.5 ਸਾਲ ਬੰਦ ਰਿਹਾ, ਇਸ ਕਰਕੇ ਉਹਨਾਂ ਨੇ 2-3 ਵਾਰ ਉਹ ਵਰਕ ਪਰਮਿਟ ਨੂੰ ਐਕਸਟੈਂਡ ਕਰਿਆ। ਪਰ ਹੁਣ ਉਸ 'ਤੇ ਵੀ ਕੈਨੇਡਾ ਸਰਕਾਰ ਨੇ ਬਿਆਨ ਦਿੱਤਾ ਕਿ ਅਸੀਂ ਜੀ ਉਹ ਵਰਕ ਪਰਮਿਟ ਜਿਹੜਾ ਤੁਹਾਨੂੰ 2-3 ਵਾਰ ਐਕਸਟੈਂਡ ਕਰਨਾ ਸੀ ਕਰਤਾ, ਇਸ ਤੋਂ ਬਾਅਦ PR ਪਾਓ, ਜੇ PR ਦੇ ਪੁਆਇੰਟ ਨਹੀਂ ਪੂਰੇ ਹੁੰਦੇ ਦੇਸ਼ ਜਾਓ, ਜੇ ਨਹੀਂ ਜਾਣਾ ਤਾਂ ਫਿਰ ਜੀ ਇੱਕ ਵਾਰੀ ਤੁਹਾਨੂੰ ਫਿਰ ਸਟੱਡੀ ਲੈਣੀ ਪੈਣੀ ਹੈ ਜਾਂ ਹੋਰ ਕੋਈ ਰਾਹ ਜਿਹੜਾ ਹੈਗਾ ਉਹ ਲੱਭਣਾ ਪੈਣਾ। ਸੋ ਰਾਹ ਉੱਥੇ ਬੱਚਿਆਂ ਨੂੰ ਲੱਭਣਾ ਹੀ ਪੈਣਾ, ਉਹਨਾਂ ਬੱਚਿਆਂ 'ਤੇ ਵੀ ਇਹੀ ਕਾਨੂੰਨ ਉਨਾ ਹੀ ਲਾਗੂ ਹੁੰਦਾ ਜਿੰਨਾ ਇੱਥੋਂ ਜਾਣਗੇ ਉਹਨਾਂ 'ਤੇ ਲਾਗੂ ਹੁੰਦਾ। ਇਸ ਕਰਕੇ ਉਹਨਾਂ ਨੂੰ, ਠੀਕ ਹੈ, ਹੌਸਲਾ ਰੱਖਣ ਦੀ ਲੋੜ ਹੈ। ਉੱਥੇ ਜਿਹੜੇ ਸਾਡੇ ਕੋਈ
ਵਕੀਲ ਬੰਦੇ ਨੇ, ਇਸ ਪ੍ਰੋਫੈਸ਼ਨ ਨਾਲ ਜੁੜੇ ਹੋਏ ਲੋਕ ਨੇ, ਇਹ ਬਹੁਤ ਸਾਡੇ ਬੱਚਿਆਂ ਦੇ ਲਈ ਜਿਹੜਾ ਹੈਗਾ ਇੱਕ ਔਖਾ ਸਮਾਂ ਚੱਲ ਰਿਹਾ, ਉਹਨਾਂ ਨੂੰ ਮਦਦ ਦੀ ਲੋੜ ਹੈ, ਤਾਂ ਉਹਨਾਂ ਦੀ ਐਕਸਪਲੋਇਟੇਸ਼ਨ ਦੇ ਨਾ ਕੀਤੀ ਜਾਵੇ, ਤਾਂ ਉਹਨਾਂ ਦੀ ਮਦਦ ਕੀਤੀ ਜਾਵੇ ਕਿ ਇਸ ਸਮੱਸਿਆ ਦੇ ਵਿੱਚੋਂ ਕਿਵੇਂ ਜਿਹੜਾ ਨਿਕਲਿਆ ਜਾਵੇ। ਜਿਹੜੇ ਬੱਚੇ ਉੱਥੇ ਬੈਠੇ ਨੇ ਉਹ ਵੀ ਉਸ ਸਮੱਸਿਆ ਨਾਲ ਉਨੇ ਹੀ ਘਿਰੇ ਹੋਏ ਆ ਜੀ। ਜਿਹੜੇ ਹੁਣ ਬਾਹਰ ਜਾਣਾ ਚਾਹੁੰਦੇ ਨੇ, ਕੈਨੇਡਾ ਜਾ ਕੇ ਸੈੱਟ ਹੋਣਾ ਚਾਹੁੰਦੇ ਨੇ, ਮਤਲਬ ਉਹਨਾਂ ਦੇ ਲਈ ਹੁਣ ਸਟੱਡੀ ਵੀਜ਼ਾ ਤਾਂ ਜੇਕਰ ਸੈੱਟ ਹੋ ਨਹੀਂ ਸਕਦੇ, ਤਾਂ ਹੋਰ ਕਿਹੜਾ ਰਸਤਾ ਜਿਹਦੇ ਨਾਲ ਉਹ ਬਾਹਰ ਕੈਨੇਡਾ ਜਾ ਕੇ ਸੈੱਟ ਹੋ ਸਕਦੇ ਨੇ? ਦੇਖੋ ਜੀ, ਵਰਕ ਪਰਮਿਟ 'ਤੇ ਉਹ ਜਾ ਸਕਦੇ ਆ, ਠੀਕ ਹੈ। ਪੀ ਆਰ ਦੇ ਪ੍ਰੋਗਰਾਮ ਚੱਲ ਰਹੇ ਨੇ, ਅਲੱਗ ਅਲੱਗ ਪ੍ਰੋਵਿੰਸਿਸ ਦੇ ਪੀ ਆਰ ਦੇ ਪ੍ਰੋਗਰਾਮ ਹੁੰਦੇ ਨੇ, ਤੁਸੀਂ ਵਰਕ ਪਰਮਿਟ 'ਤੇ ਜਾ ਸਕਦੇ ਹੋ, ਤੁਹਾਨੂੰ ਜੈਨੂਅਨ ਇੰਪਲੋਇਰ ਮਿਲਦਾ, ਠੀਕ ਹੈ, ਜੈਨੂਅਨ ਇੰਪਲੋਇਰ ਹੈ, ਤੁਸੀਂ ਇੱਥੇ ਜੈਨੂਅਨ ਕੰਮ ਕਰਦੇ ਹੋ, ਤੁਹਾਨੂੰ ਕੰਮ ਆਉਂਦਾ, ਤਾਂ ਠੀਕ ਹੈ। ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ ਕਿ ਕੈਨੇਡਾ ਕੋਲ ਸਕਿੱਲਡ ਜਿਹੜੇ ਬੰਦੇ ਨੇ ਨਹੀਂ, ਉਹ ਹੈਗੇ ਨਹੀਂ। ਸਕਿੱਲਡ ਬੰਦਿਆਂ ਦੀ ਉਹਨਾਂ ਕੋਲ ਬਹੁਤ ਵੱਡੀ ਕਮੀ ਚੱਲ ਰਹੀ ਹੈ, ਠੀਕ ਹੈ, ਕਿਉਂਕਿ ਜਿਹੜੇ ਸਾਡੇ ਬੱਚੇ ਇੱਥੋਂ ਗਏ, ਪਲੱਸ ਟੂ ਕੀਤੀ ਸੀ, ਸਕਿੱਲ ਉਹਨਾਂ ਕੋਲ ਕੋਈ ਹੈ ਨਹੀਂ ਸੀ, ਉਹਨਾਂ ਨੇ ਜਾ ਕੇ ਡਿਪਲੋਮਾ ਲਿਆ, ਤਾਂ ਉਹ ਜਨਰਲ ਲੇਬਰ ਦੇ ਵਿੱਚ ਤਬਦੀਲ ਹੋ ਗਏ, ਪਰ ਉਹਨਾਂ ਦੇ ਕੋਲ ਸਕਿੱਲ ਨਹੀਂ ਹੈਗਾ ਸੀਗਾ। ਸੋ ਇੱਥੋਂ ਵੀ ਜਿਹੜੇ ਬੰਦੇ ਸਕਿੱਲਡ ਨੇ, ਠੀਕ ਹੈ, ਈਵਨ ਜਿਹੜਾ ਵਰਕ ਪਰਮਿਟ ਦਾ ਪ੍ਰੋਗਰਾਮ ਚੱਲਦਾ, ਜਦੋਂ ਤੁਹਾਨੂੰ ਕੋਈ ਇੰਪਲਾਇਰ ਸਪੋਂਸਰ ਕਰਦਾ, ਤਾਂ ਉਹਦੇ ਵਿੱਚ ਤਾਂ ਬੈਂਡ ਸਕੋਰ ਦੀ ਵੀ 5-5.5 ਦੀ ਹੋਈ ਲੋੜ ਹੁੰਦੀ ਹੈ, ਠੀਕ ਹੈ। ਅਤੇ ਜੇ ਤੁਸੀਂ ਉੱਥੇ ਜਾ ਕੇ ਉਹ ਤੁਹਾਨੂੰ ਇੱਥੋਂ ਹਾਇਰ ਕਰਕੇ ਲੈ ਕੇ ਜਾਂਦੇ ਨੇ, 2 ਸਾਲ ਜਾਂ 3 ਸਾਲ ਦਾ ਤੁਹਾਡਾ ਵਰਕ ਪਰਮਿਟ ਲੱਗ ਜਾਂਦਾ। ਅੱਛਾ, ਉਸ ਵਰਕ ਪਰਮਿਟ ਤੋਂ ਬਾਅਦ ਵੀ ਤੁਸੀਂ ਪੀ ਆਰ ਅਪਲਾਈ ਕਰ ਸਕਦੇ ਹੋ, ਕਿਉਂਕਿ ਜਿਹੜੀ ਡਿਪਲੋਮਾ ਦੇ ਪੁਆਇੰਟ ਘੱਟ ਮਿਲਦੇ ਨੇ, ਪਰ ਜੇ ਤੁਸੀਂ ਵਰਕ ਪਰਮਿਟ ਦੇ ਥਰੂ ਜਾਂਦੇ ਹੋ, ਵਰਕ ਪਰਮਿਟ ਲੈ ਕੇ ਜਾਂਦੇ ਹੋ, ਤਾਂ ਤੁਹਾਨੂੰ ਉਹਦੇ ਪੁਆਇੰਟ ਵੱਧ ਮਿਲਦੇ ਨੇ, ਤੁਹਾਡੀ ਪੀ ਆਰ ਜਿਹੜੀ ਉਹ ਜਲਦੀ ਹੁੰਦੀ ਹੈ। ਪਰ ਉਹਦੇ ਲਈ ਤੁਹਾਨੂੰ ਕੌਣ ਬੰਦਾ ਗਾਈਡ ਕਰੇ, ਠੀਕ ਹੈ, ਕਿਹੜੇ ਬੰਦੇ ਤੁਸੀਂ ਲੱਭਣੇ ਨੇ? ਫਿਰ ਮਾਪਿਆਂ ਦੀ, ਬੱਚਿਆਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪ ਥੋੜ੍ਹੀ ਬਹੁਤੀ ਘੋਗ ਪੜਤਾਲ ਕਰਕੇ, ਠੀਕ ਹੈ, ਚੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬੱਚਿਆਂ ਨੂੰ ਜਿਹੜੇ ਹੈਗੇ ਆ ਕੈਨੇਡਾ ਭੇਜਣ। ਰਸਤੇ ਹਜੇ ਇਹ ਨਹੀਂ ਹੈਗਾ ਕਿ ਬੰਦ ਹੋ ਗਏ, ਕੈਨੇਡਾ ਦੀ ਆਬਾਦੀ ਬਹੁਤ ਥੋੜ੍ਹੀ ਹੈ ਅਤੇ ਦੇਸ਼ ਬਹੁਤ ਵੱਡਾ, ਜੇ ਆਪਾਂ ਜੀਓਗ੍ਰਾਫੀਕਲੀ ਕਰੀਏ ਤਾਂ ਉਹਦੇ ਕੋਲ ਬਹੁਤ ਸਾਰੀ ਧਰਤੀ ਮੌਜੂਦ ਹੈ, ਉਹਨਾਂ ਨੇ ਡਿਵੈਲਪ ਕਰਨਾ। ਇਹ ਨਹੀਂ ਹੈਗਾ ਕਿ ਜੇ ਇੱਕ ਵਾਰੀ ਉਹ ਸਖਤਾਈ ਹੋਈ ਹੈ, ਚੀਜ਼ਾਂ ਬਦਲਣਗੀਆਂ, ਪਰਿਸਥਿਤੀਆਂ ਚੇਂਜ ਹੋਣਗੀਆਂ। ਅੱਜ ਦੀ ਡੇਟ ਵਿੱਚ ਉਹਨਾਂ ਨੂੰ ਇੱਕ ਵਾਰੀ ਲੱਗਿਆ ਕਿ ਜਿਹੜੇ ਰੂਲ ਨੇ ਉਹ ਉਹਨਾਂ ਨੂੰ ਤਬਦੀਲ ਕਰਨ ਦੀ ਲੋੜ ਹੈ, ਉਹਨਾਂ ਨੇ ਕਰਤੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਥੋੜ੍ਹੀ ਹੈ ਕਿ ਮਾਈਗ੍ਰੇਸ਼ਨ ਰੁਕ ਜੂਗੀ ਜਾਂ ਕੈਨੇਡਾ ਬੰਦ ਹੋ ਜੂਗਾ, ਤਾਂ ਜਿਹੜੇ ਸਕਿੱਲਡ ਬੰਦੇ ਨੇ ਜਿਹੜੇ ਇੱਥੇ ਰਹਿ ਕੇ ਕੋਈ ਸਕਿੱਲ ਸਿੱਖ ਲੈਣਗੇ, ਉਹਨਾਂ ਦੀ ਡਿਮਾਂਡ ਉਵੇਂ ਬਣੀ ਰਹੂਗੀ ਅਤੇ ਉਹਨਾਂ ਨੂੰ ਫਾਇਦਾ ਹੋਊਗਾ ਇਸ ਚੀਜ਼। ਜਿਨ੍ਹਾਂ ਨੇ ਹੁਣ ਵੀਜ਼ੇ ਅਪਲਾਈ ਕੀਤੇ ਹੋਏ ਆ ਜਾਂ ਕਰਨ ਬਾਰੇ ਸੋਚ ਰਹੇ, ਕਿ ਉਹਨਾਂ ਨੂੰ ਕਰਨੇ ਚਾਹੀਦੇ ਆ, ਜਾਣਾ ਚਾਹੀਦਾ ਹੁਣ ਇਸ ਵਕਤ? ਦੇਖੋ ਜੀ, ਜੇ ਤਾਂ ਉਹ ਸਿਰਫ ਕੈਨੇਡਾ ਹੀ ਜਾਣਾ ਚਾਹੁੰਦੇ ਆ ਕਿ ਅਸੀਂ ਜੀ ਕੈਨੇਡਾ ਹੀ ਭੇਜਣਾ ਬੱਚਾ, ਫਿਰ ਤਾਂ ਵੱਖਰੀ ਗੱਲ ਹੈ। ਪਰ ਜੇ ਉਹ ਕਹਿੰਦੇ ਨਾ ਜੀ ਅਸੀਂ ਬੱਚਾ ਪੜ੍ਹਾਉਣਾ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਜਿਹਦੇ ਕੋਈ 7-7.58 ਸਕੋਰ ਨੇ, ਇੱਦਾਂ ਦੇ ਬਹੁਤ ਸਾਰੇ ਬੱਚੇ ਹੁੰਦੇ ਨੇ, ਤਾਂ ਪੜ੍ਹਨ ਦੇ ਲਈ ਉਦੋਂ ਘੱਟ ਪੈਸਿਆਂ ਦੇ ਵਿੱਚ, ਉੱਥੇ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ ਕਿ $60,000, ਯਾਨੀ ਲਗਭਗ 36-40 ਲੱਖ ਰੁਪਏ ਦੇ ਵਿੱਚ ਪੜ੍ਹਾਈ ਹੈ ਜਿਹੜੀ ਉਹ ਪੂਰੀ ਹੁੰਦੀ ਆ। ਤਾਂ ਇੰਡੀਆ ਦੇ ਵਿੱਚ ਉਹ 2 ਸਾਲ ਦੀ ਪੜ੍ਹਾਈ ਹੈ, ਉਹ 2 ਸਾਲ ਦਾ ਡਿਪਲੋਮਾ ਹੈ। ਇੰਡੀਆ ਦੇ ਵਿੱਚ ਜਿਹੜੀ ਗ੍ਰੈਜੂਏਸ਼ਨ ਦੀ ਡਿਗਰੀ ਹੈ 3-4 ਸਾਲ ਦੀ, ਉਹ ਮੇਰੇ ਖਿਆਲ ਬਹੁਤ ਘੱਟ ਪੈਸਿਆਂ 'ਚ, ਅਤੇ ਜਦੋਂ ਤੁਸੀਂ ਡਿਗਰੀ ਕਰ ਲਈ, ਜੇ ਕੈਨੇਡਾ ਦੀ ਪੀ ਆਰ ਦੇ ਵਿੱਚ ਉਹ ਡਿਗਰੀ ਨੇ ਕੰਮ ਆਉਣਾ, ਉਸ ਡਿਗਰੀ ਦੇ ਕੈਨੇਡਾ ਵਾਲੇ ਡਿਪਲੋਮੇ ਨਾਲੋਂ ਪੁਆਇੰਟ ਵੀ ਜ਼ਿਆਦਾ ਮਿਲਣੇ ਨੇ, ਤੁਸੀਂ ਆਪਣੇ ਘਰ ਵੀ ਰਹਿ ਗਏ, ਤੁਸੀਂ ਪੜ੍ਹਾਈ ਵੀ ਕਰ ਲਈ, ਤੁਸੀਂ ਮੈਚੋਰ ਵੀ ਹੋ ਗਏ, ਉਸ ਸਮੇਂ ਦੌਰਾਨ ਤੁਸੀਂ ਸਕਿੱਲ ਵੀ ਸਿੱਖ ਸਕਦੇ ਹੋ। ਹਾਂ, ਪਰ ਜੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਕੀੜਾ ਹੀ ਹੈ ਜੀ ਅਸੀਂ ਤਾਂ ਜੀ ਕੈਨੇਡਾ ਪਹੁੰਚਣਾ ਕਿਸੇ ਨਾਲ ਕਿਸੇ ਤਰੀਕੇ, ਫਿਰ ਤਾਂ ਪਹੁੰਚੋ, ਕਿਉਂਕਿ ਕਈ ਬੱਚੇ ਮੈਂ, ਕਈ ਮਾਪਿਆਂ ਦੇ, ਬੱਚਿਆਂ ਦੇ ਮੂੰਹੋਂ ਮੈਂ ਖਾਸ ਕਰਕੇ ਸੁਣਦਾ ਹੁੰਦਾ ਕਿ ਜੀ ਕਿਹੜਾ ਕਈ ਪਹੁੰਚ ਗਏ, ਫਿਰ ਤਾਂ ਕੋਈ ਨਾ ਕੋਈ ਜੁਗਾੜ ਲਾ ਲਾਂਗੇ, ਠੀਕ ਹੈ। ਫਿਰ ਉਹਨਾਂ ਲਈ ਤਾਂ ਇਹ ਹੈਗਾ ਵੀ ਭਾਈ ਉਹਨਾਂ ਨੂੰ, ਉਹਨਾਂ ਨੇ ਪੜ੍ਹਨ ਤੋਂ ਤਾਂ ਕਿਹਾ ਹੀ ਨਹੀਂ, ਮਨਾ ਹੀ ਨਹੀਂ ਕੀਤਾ। ਬਹੁਤੇ ਉੱਥੋਂ ਵਾਲੇ ਫੋਨ ਵੀ ਲਾਉਂਦੇ ਆ ਕਿ ਯਾਰ ਅਸੀਂ ਬਹੁਤ ਔਖੇ ਹਾਂ, ਮਤਲਬ ਕੋਈ ਨਾ ਆਇਓ, ਫਿਰ ਵੀ ਕਹਿੰਦੇ ਇੱਕ ਵਾਰੀ ਜਾਣਾ ਹੀ ਜਾਣਾ। ਹਾਂ, ਬਹੁਤ ਸਾਰੇ ਕਹਿੰਦੇ ਨੇ, ਬਹੁਤ ਸਾਰੇ, ਈਵਨ ਦੇਖੋ ਹੁਣ ਬਹੁਤ ਵੱਡੇ ਵੱਡੇ ਸਕੈਮ ਬਾਹਰ ਆਏ ਨੇ ਕਿ ਵਿਜ਼ਟਰ ਵੀਜ਼ਾ ਲਈ ਲੋਕ 10-10-15-15 ਲੱਖ ਰੁਪਇਆ ਪੇ ਕਰੀ ਜਾਂਦੇ ਨੇ, ਠੀਕ ਹੈ, 20-20 ਲੱਖ ਰੁਪਇਆ ਵਿਜ਼ਟਰ ਵੀਜ਼ਾ ਲਈ ਪੇ ਕਰ ਰਹੇ ਨੇ, ਜਿਹੜਾ ਜਿਹਦਾ ਕੋਈ 50-60 ਹਜ਼ਾਰ ਰੁਪਇਆ ਜਿਹੜੀ ਚੀਜ਼ ਦੀ ਫੀਸ ਹੈ, ਅਤੇ ਉਹਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਉੱਪਰ ਸੁਣਨ ਨੂੰ ਮਿਲਦਾ ਕਿ ਜੀ 10 ਲੱਖ ਦੇ ਕੇ ਕੋਈ ਵਿਜ਼ਟਰ ਵੀਜ਼ਾ 'ਤੇ ਗਿਆ, 15 ਲੱਖ ਦੇ ਕੇ ਕੋਈ ਵਿਜ਼ਟਰ ਵੀਜ਼ਾ 'ਤੇ ਗਿਆ, ਠੀਕ ਹੈ। ਉੱਥੇ ਜਾ ਕੇ ਜਦੋਂ ਅਸਲੀਅਤ ਨਾਲ ਸਾਹਮਣਾ ਹੁੰਦਾ, ਫਿਰ ਇੱਕ ਗੱਲ ਹੋਰ ਦੇਖੋ ਜਿਹੜੀ ਸਭ ਤੋਂ ਹੈਰਾਨੀਜਨਕ ਗੱਲ ਹੈ, ਅੱਜ ਤੋਂ 10 ਸਾਲ ਪਹਿਲਾਂ ਸੋਸ਼ਲ ਮੀਡੀਆ ਉਸ ਵੱਡੇ ਪੱਧਰ 'ਤੇ ਵਰਤਿਆ ਨਹੀਂ ਸੀ ਜਾਂਦਾ,
ਸਾਨੂੰ ਇੱਧਰ ਲਿਆ ਨੂੰ ਕੈਨੇਡਾ ਦੇ ਹਾਲ, USA ਦੇ ਹਾਲ ਨਹੀਂ ਸੀ ਪਤਾ ਹੁੰਦੇ, ਆਸਟ੍ਰੇਲੀਆ ਦੇ ਹਾਲ ਨਹੀਂ ਸੀ ਪਤਾ ਹੁੰਦੇ ਜ਼ਿਆਦਾਤਰ, ਪਰ ਹੁਣ ਦੇਖੋ ਲੋਕ ਦੱਸ ਵੀ ਰਹੇ ਆ, ਠੀਕ ਆ, ਉੱਥੋਂ ਦੀਆਂ ਵੀਡੀਓਜ਼ ਰੋਸ ਮੁਜ਼ਾਹਰਿਆਂ ਦੀਆਂ, ਧਰਨਿਆਂ ਦੀਆਂ ਵੀਡੀਓਜ਼ ਵੀ ਆ ਰਹੇ ਆ, ਮਾਪੇ ਦੇਖ ਵੀ ਰਹੇ ਆ, ਪਰ ਉਹਦੇ ਬਾਵਜੂਦ ਵੀ ਆਪਣਾ ਫੈਸਲਾ ਨਹੀਂ ਬਦਲ ਰਹੇ। ਬੱਚੇ ਵੀ ਦੇਖ ਰਹੇ ਆ ਕਿ ਹਾਂਜੀ ਉੱਥੇ ਕੰਮ ਦੀ ਦਿੱਕਤ ਆ, ਜੇ ਕੋਈ ਵੱਡਾ ਭੈਣ ਭਰਾ ਗਿਆ ਹੈਗਾ ਉਹ ਛੋਟੇ ਨੂੰ ਦੱਸ ਰਿਹਾ ਵੀ ਇੱਥੇ ਕੰਮ ਦੀ ਦਿੱਕਤ ਆ, ਪਰ ਉਹਦੇ ਇਹ ਮੈਨੂੰ ਇਸ ਵਰਤਾਰੇ ਦੀ ਹਜੇ ਤੱਕ ਸਮਝ ਨਹੀਂ ਆਈ ਕਿ ਸਾਰਾ ਕੁਝ ਦੇਖਣ ਦੇ ਬਾਵਜੂਦ, ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕੈਨੇਡਾ ਨਾ ਜਾਓ, ਤੁਹਾਡਾ ਸੁਪਨਾ ਤੁਸੀਂ ਜਾਓ, ਪਰ ਤੁਸੀਂ ਕਮ ਸੇ ਕਮ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਆਪਣੇ ਘਰ ਰਹਿ ਕੇ ਤਾਂ ਪੂਰੀ ਕਰ ਲਓ ਫਿਰ ਚਲੇ ਜਾਇਓ, ਠੀਕ ਹੈ। ਪਰ ਪਲੱਸ ਟੂ ਉਦੋਂ 2015-16 ਦੇ ਵਿੱਚ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੋਰ ਸੀਗੇ, ਉਦੋਂ ਬੱਚੇ ਪੱਕੇ ਹੋ ਗਏ, ਜਾਂ ਕੋਵਿਡ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਇਨਸਾਈਨ ਕੈਨੇਡਾ ਪੱਕੇ ਕੀਤੇ, ਪਰ ਉਸ ਤੋਂ ਬਾਅਦ ਜਿਹੜੀਆਂ ਪ੍ਰਸਥਿਤੀਆਂ ਨੇ ਬਹੁਤ ਬਦਲ ਚੁੱਕੀਆਂ ਨੇ ਅੱਜ ਦੀ ਰੇਟ ਵਿੱਚ। ਕੱਲ੍ਹ ਨੂੰ ਸੁਖਾਲਾ ਸਮਾਂ ਵੀ ਆਊਗਾ, ਬਟ ਉਹ ਸਮਾਂ ਕਿੰਨਾ ਕਦੋਂ ਆਊਗਾ ਉਹ ਹਜੇ ਹੈ ਨਾ ਭਵਿੱਖ ਦੇ ਗਰਭ 'ਚ ਪਿਆ। ਜੀ ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ।